ਹਾਂ ਅਸੀਂ ਗੁਰੂ ਦੇ ਬਾਣੇ ਦੀ ਇੱਜ਼ਤ ਕਰਕੇ ਤੇਰੇ ਪਰ ਹੱਥ ਨਹੀਂ ਚੱਕਿਆ, ਤੈਨੂੰ ਕੁਛ ਨਹੀਂ ਕਿਹਾ ਹੈਗਾ। ਫੇਰ ਫੜਨਾ ਸੀ ਅਸੀਂ ਠੇਕੇ ਮੂਹਰੇ ਤੇ ਵੀ ਫੜਨਾ ਇਹ ਸਿਰਫ ਇਹ ਕੰਮ ਤਾਂ ਕੀਤਾ ਸੰਗਤ ਨੇ ਕਿ ਸਿੱਖ ਕੌਮ ਦੀ ਬਦਨਾਮੀ ਜੀ। ਇਹੀ ਸੱਜਣ ਮੂਹਰੇ ਸੀ ਜਿਹੜੇ ਰੋਕਣ ਗਏ ਹੋਏ ਸੀਗੇ, ਤੇ ਅੱਜ ਇਹੀ ਸੱਜਣ 2 ਦਿਨ ਬਾਅਦ ਕੀ ਕਰ ਰਿਹਾ। ਇਹ ਤਸਵੀਰਾਂ ਰੋਪੜ ਜ਼ਿਲ੍ਹੇ ਦੇ ਮੋਰਿੰਡਾ ਇਲਾਕੇ ਦੀਆਂ ਹਨ ਅਤੇ ਮੌਕੇ ਦੇ ਉੱਪਰ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਸ਼ਰਾਬ ਪੀ ਕੇ ਬੈਠਾ ਵਿਅਕਤੀ ਮਾਫ਼ੀ ਮੰਗ ਰਿਹਾ ਹੈ ਅਤੇ ਇਸ ਵਿਅਕਤੀ ਦੇ ਆਲੇ ਦੁਆਲੇ ਇਲਾਕੇ ਦੇ ਲੋਕ ਪਤਵੰਤੇ ਸੱਜਣ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਮੀ ਕਲਾਕਾਰ ਮਲਕੀਤ ਰੌਣੀ ਵੀ ਨਜ਼ਰ ਆ ਰਹੇ ਹਨ। ਮੌਕੇ 'ਤੇ ਇਕੱਠੇ ਹੋਏ ਲੋਕਾਂ ਦੇ ਵੱਲੋਂ ਪੁਲਿਸ ਨੂੰ ਬੁਲਾ ਲਿਆ ਜਾਂਦਾ ਹੈ ਅਤੇ ਪੁਲਿਸ ਇਸ ਸ਼ਰਾਬੀ ਵਿਅਕਤੀ ਤੋਂ ਪੁੱਛਗਿੱਛ ਕਰਦੀ ਹੈ ਅਤੇ ਆਪਣੇ ਨਾਲ ਲੈ ਜਾਂਦੀ ਹੈ ਤਾਂ ਕਿ ਜਾਂਚ ਮੁਕੰਮਲ ਕੀਤੀ ਜਾ ਸਕੇ। ਹੁਣ ਤੁਸੀਂ ਸੁਣੋ ਮੌਕੇ ਦੇ ਉੱਪਰ ਇਸ ਵਿਅਕਤੀ ਅਤੇ ਲੋਕਾਂ ਦੇ ਵਿਚਕਾਰ ਹੋਈ ਗੱਲਬਾਤ। ਭਾਈ ਤੇਰੇ ਲੱਛਣ ਤੇਰੇ ਠੀਕ ਨਹੀਂ ਹੈ, ਸਾਡੀਆਂ ਦਾੜੀਆਂ ਵੀ ਸਾਨੂੰ ਰੱਖ ਮੈਂ ਵੱਡੀ ਹੈ, ਦੱਸ ਤਾ ਕੀ ਕਰਨਾ ਕਰਨਾ, ਤੂੰ ਸ਼ਰਾਬ ਕਦੇ ਪੀਤੀ, ਮੈਨੂੰ ਤਾਂ ਇਹ ਗੱਲ ਦਾ ਗੁੱਸਾ ਆ। ਆਹੋ ਬੰਦੇ ਕਹੀ ਜਾਂਦੇ ਆ ਠੇਕੇ ਵੱਲ ਤੂੰ ਆਂਡੇ ਖਾਂਦਾ ਸ਼ਰਾਬ ਪੀਣਾ ਜਾ ਕੇ ਉੱਥੇ, ਇਹਨੂੰ ਇੰਨਾ ਬਾਣਾ ਪਾ ਕੇ ਚੰਗਾ ਲੱਗਦਾ ਇਹ ਕੰਮ ਦੇਖ ਲਿਆ ਫਿਰ ਜੇ ਹੁਣ ਦੇਖ ਲਿਆ ਗਰੀਬਾਂ ਦੀ ਰੱਖਿਆ ਕਰਨੀ, ਤੁਸੀਂ ਗਰੀਬ ਪੁੱਟਣ ਲੱਗ ਗਏ, ਸਮਝ ਨਹੀਂ ਆਉਂਦੀ ਤੇਰੇ ਸਾਹਮਣੇ ਜਵਾਬ ਕਈ ਜਵਾਬ ਇਹ ਗੱਲ ਦੀ ਜ਼ਿੰਮੇਵਾਰੀ ਕੌਣ ਲਵੇ ਇੱਥੇ ਲੋਕਲ ਕੌਣ ਮਤਲਬ ਜਾਣਦਾ। ਬਾਬਾ ਜੀ ਮਾਫ ਕਰ ਦੋ, ਚੱਲ ਬਾਬਾ ਜੀ ਸੱਚੀ ਗੱਲ ਆ ਦੋ, ਇਨਸਾਨ 'ਤੇ ਗਲਤੀਆਂ ਹੁੰਦੀਆਂ, ਸ਼ਰਾਬ ਤਾਂ ਪੀ ਹੋ ਗਈ ਨਾ, ਪੀ ਹੋ ਗਈ। ਜੋ ਅੱਜ ਇਸ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਮਤਭਾਗਾ ਹਰਕਤ ਹੋਈ ਹੈ, ਇੱਕ ਨੰਗ ਸਿੰਘ ਵੱਲੋਂ ਕੀਤੀ ਗਈ ਆ, ਅਸੀਂ ਰਾਹਗੀਰ ਜਿਹਦੇ ਵਿੱਚ ਪਤਵੰਤੇ ਸੱਜਣ, ਸਰਦਾਰ ਮਲਕੀਤ ਸਿੰਘ ਰੌਣੀ, ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੇ, ਉਹਦਾ ਨਿਪਟਾਰਾ ਕਰਦੇ ਹਾਂ, ਉਸ ਗਰੀਬ ਵੱਲ ਦੇਖਦੇ ਹਾਂ। ਸਭ ਨੇ ਜੋ ਤਿਲ ਫੁੱਲ ਹੋਇਆ, ਜਿਸ ਵਿੱਚ ਮਲਕੀਤ ਸਿੰਘ ਰੌਣੀ ਨੇ 500 ਰੁਪਇਆ ਅਤੇ ਬਾਕੀਆਂ ਨੇ 100-100 ਰੁਪਇਆ ਇਕੱਠਾ ਕਰਕੇ 1200 ਰੁਪਇਆ ਇਸ ਬੱਚੇ ਨੂੰ ਦਿੱਤਾ, ਜਿਹਦਾ ਨੁਕਸਾਨ ਹੁੰਦਾ ਕੁਛ ਥੋੜ੍ਹਾ ਬਹੁਤਾ ਇਹ ਜਰ ਲਏਗਾ, ਕੁਛ ਸੰਗਤ ਨੇ ਜਰ ਲਿਆ। ਸਿਰਫ ਇਹ ਕੰਮ ਤਾਂ ਕੀਤਾ ਸੰਗਤ ਨੇ ਕਿ ਸਿੱਖ ਕੌਮ ਦੀ ਬਦਨਾਮੀ। ਇਸ ਬੰਦੇ ਨੇ ਨਿਹੰਗ ਨੇ ਸ਼ਰਾਬ ਵੀ ਪੀਤੀ, ਨਿਹੰਗ ਸਿੰਘ ਖੁਦ ਕਹਿੰਦਾ, ਖੁਦ ਤੁਹਾਡੀ ਵੀਡੀਓ 'ਚ ਕਹਿੰਦਾ ਕਿ ਇਹਨਾਂ 'ਤੇ ਗਲਤੀ ਹੋਈ ਹੈ, ਇਹਨਾਂ ਨੇ ਸ਼ਰਾਬ ਪੀਤੀ ਹੈ ਪਰ ਬਾਣਾ ਪਾ ਕੇ ਸ਼ਰਾਬ ਪੀਣੀ, ਮੈਂ ਇਹਨੂੰ ਗਲਤੀ ਨਹੀਂ ਕਹਿੰਦਾ, ਇਹ ਮਸਤੀ ਹੈ। ਮੈਂ ਇਹੀ ਬੇਨਤੀ ਕਰਦਾ ਬੁੱਢਾ ਦਲ ਮੁਖੀ ਸਾਹਿਬ ਨੂੰ ਕਿ ਇਹਨਾਂ 'ਤੇ ਨੱਥ ਪਾਓ, ਪਰਿਵਾਰ 'ਚ ਵੀ ਬੰਦਾ ਗਲਤ ਆ ਜਾਂਦਾ, ਬੱਚਾ ਗਲਤ ਜੰਮ ਪੈਂਦਾ, ਪਰ ਇਹਨਾਂ 'ਤੇ ਨੱਥ ਪਾਓ ਤਾਂ ਕਿ ਮਤਭਾਦੀਆਂ ਭਾਗੀਆਂ ਹਰਕਤਾਂ ਨੂੰ ਰੋਕਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੱਲ ਇਹ ਹੈ ਕਿ ਇਹੀ ਸੱਜਣ ਪਰਸੋਂ 2 ਦਿਨ ਪਹਿਲਾਂ ਇੱਥੇ ਇੱਕ ਸ਼ੂਟਿੰਗ ਹੁੰਦੀ ਸੀ, ਉਹ ਸ਼ੂਟਿੰਗ ਦੇ ਵਿੱਚ ਕਹਿੰਦੇ ਵੀ ਪਾਲਕੀ ਸਾਹਿਬ ਰੱਖ ਕੇ ਉੱਥੇ ਸਰਾਣਾ ਸਾਹਿਬ ਰੱਖ ਕੇ ਉੱਪਰ ਮਾਲਾ ਪਾ ਕੇ ਕੋਈ ਆਨੰਦ ਕਾਰਜ ਦਾ ਸੀਨ ਕਰ ਰਹੇ ਸੀ, ਇਹੀ ਸੱਜਣ ਮੂਹਰੇ ਸੀ ਜਿਹੜੇ ਰੋਕਣ ਗਏ ਹੋਏ ਸੀਗੇ, ਅਤੇ ਅੱਜ ਇਹ ਸੱਜਣ 2 ਦਿਨ ਬਾਅਦ ਕੀ ਕਰ ਰਿਹਾ। ਸੋ ਮੇਰਾ ਮਤਲਬ ਇਹ ਹੈ ਕਿ ਸਾਡੀ ਕੌਮ ਹੈ ਜਿਹੜੀ ਉਹ ਕਈ ਵਾਰ ਸੋਚੇ ਸਮਝੇ ਵੀ ਕਮੈਂਟ ਕਰਦੀ ਕਿ ਐਂ ਹੋ ਗਿਆ, ਇਹ ਬੰਦੇ ਪ੍ਰਵਾਸੀ ਭਰਾ ਨੇ, ਸਾਡੇ ਭੈਣ ਭਰਾ ਵੀ ਬਾਹਰਲੀਆਂ ਸਟੇਟਾਂ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਨੇ, ਇਹ ਆਪਣਾ ਰੁਜ਼ਗਾਰ ਚਲਾ ਰਹੇ ਹੈ, ਇਹਦਾ ਨੁਕਸਾਨ ਕਰਕੇ ਕੀ ਮਿਲਿਆ,
ਜਾਂ ਤਾਂ ਕੋਈ ਇਹਦਾ ਨਿੱਜੀ ਫਾਇਦਾ ਹੋਵੇ, ਕੋਈ ਫਾਇਦਾ ਨਹੀਂ ਸੀ। ਦੂਜੀ ਗੱਲ ਤੁਹਾਡੇ ਸਾਹਮਣੇ, ਚਲੋ ਮਾਫ਼ੀ ਮੰਗ ਲਈ ਬੰਦੇ ਨੇ, ਪਰ ਇਹੋ ਜਿਹਾ ਬਾਣਾ ਪਾ ਕੇ ਇਹੋ ਜਿਹੇ ਕੰਮ ਕਰਨੇ, ਖਾਲਸਾ ਤਾਂ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣਿਆ ਜਾਂਦਾ ਹੈ, ਅਸੀਂ ਦੁਨੀਆਂ 'ਚ ਬਦਨਾਮ ਹੁੰਦੇ ਇਹਨਾਂ ਕਰਕੇ। ਸੋ ਕੁਛ ਲੋਕ, ਚੰਦ ਲੋਕ ਹੁੰਦੇ ਨੇ, ਸਾਰੇ ਲੋਕ ਗਲਤ ਨਹੀਂ ਹੁੰਦੇ, ਸਾਡੇ ਕੋਲ ਗੁਰਜਨ ਸਿੰਘ ਸਾਹਿਬਾਨ ਖੜ੍ਹੇ ਨੇ। ਸੋ ਇਹ ਮਾੜੀ ਗੱਲ ਹੈ, ਜਿਹੜੇ ਇਹੋ ਜਿਹੇ ਤੁਹਾਨੂੰ ਆਂਸਰ ਮਿਲਦੇ ਆ, ਉਹਨੂੰ ਕਹਿ ਜਾਣਾ ਚਾਹੀਦਾ, ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਇਹੋ ਜਿਹਾ ਬੰਦਾ ਕੋਈ ਦੁਕਾਨਦਾਰੀ ਚਲਾਉਂਦਾ, ਜਿਹੜਾ ਬਾਣਾ ਪਾ ਕੇ ਬਾਣੇ ਨੂੰ ਆਪਣੀ ਦੁਕਾਨਦਾਰੀ ਚਲਾਉਂਦਾ, ਇਹੋ ਜਿਹੇ ਬੰਦੇ ਬੰਦ ਹੋਣੇ ਚਾਹੀਦੇ ਜੀ। ਸੋ ਕੋਈ ਨਹੀਂ ਪੁੱਤ, ਤੁਹਾਡਾ ਨੁਕਸਾਨ ਹੋਇਆ, ਧੰਨਵਾਦ ਜੀ, ਗੱਲ ਤੁਹਾਡੇ ਨਾਲ ਹੈ, ਕੋਈ ਤੁਸੀਂ ਕਰੋ ਆਪਣੀ ਮਿਹਨਤ।